ਮਿਠਾਸ ਉਹਨੂੰ ਪਤਾ ਲੱਗਦੀ ਜਿਹੜਾ ਅਨੁਭਵ ਕਰੇ। ਪਰਮਾਤਮਾ ਅਨੁਭਵ ਦਾ ਨਾਮ ਹੈ, ਪਰਮਾਤਮਾ ਸਿਰਫ ਗੱਲਾਂ ਬਾਤਾਂ ਦਾ ਨਾਮ ਹੈ। ਗੱਲਾਂ ਬਾਤਾਂ ਦੇ ਗਿਆਨ ਨਾਲ ਸਿਰਫ ਉਹਦੇ ਬਾਰੇ ਗਿਆਨ ਮਿਲਦਾ, ਉਹ ਨਹੀਂ ਮਿਲਦਾ। ਗੱਲਾਂ ਬਾਤਾਂ ਦੇ ਗਿਆਨ ਨਾਲ ਉਹਦੇ ਬਾਰੇ ਗਿਆਨ ਮਿਲਦਾ ਕਿ ਪਹੁੰਚਣਾ ਕਿੱਥੇ, ਉਹ ਨਹੀਂ ਮਿਲਦਾ। ਜੇ ਉਹਨੂੰ ਪਾਉਣਾ ਤੇ ਅਨੁਭਵ ਕਰਨਾ ਪਏਗਾ, ਰਿਲਾਈਜ਼ ਕਰਨਾ ਪਏਗਾ, ਹਰ ਵੇਲੇ ਉਹਨੂੰ ਸਾਹਮਣੇ ਰੱਖਣਾ ਪਏਗਾ, ਸਨਮਾਨ ਕਰਨਾ। ਉਹ
ਕੋਈ ਐਸੀ ਚੀਜ਼ ਨਹੀਂ ਕਿ ਫੜ ਕੇ ਕੋਈ ਕਹਿ ਦੇ ਕਿ ਹਾਂਜੀ ਆ ਪਰਮੇਸ਼ਰ ਦੇਖ ਲਓ ਜੀ ਤੁਹਾਨੂੰ ਦਰਸ਼ਨ ਹੋ ਗਏ, ਇਸ ਤਰ੍ਹਾਂ ਕੁਝ ਵੀ ਨਹੀਂ। ਇਹ ਮਨ ਦੇ ਭਰਮ ਨੇ ਸਾਰੇ। ਜੇ ਕੋਈ ਸਾਨੂੰ ਰੋਸ਼ਨੀ ਦਿਖਾ ਦਿੰਦਾ ਤੇ ਤੁਹਾਨੂੰ ਰੋਸ਼ਨੀ ਦਿਖਾ ਦਾਂਗੇ, ਤੁਹਾਨੂੰ ਫਲਾਣ ਕਰ ਦਾਂਗੇ, ਤੁਹਾਨੂੰ ਮਨ ਵਿੱਚ ਇਹ ਇਸ ਤਰ੍ਹਾਂ ਕਰ ਦਾਂਗੇ, ਤੁਹਾਨੂੰ ਇਹ ਦਰਸ਼ਨ ਹੋ ਜਾਣਗੇ। ਇਹ ਸਾਰਾ ਕੁਝ ਮਾਇੰਡ ਦੇ ਵਿੱਚ ਸਾਰਾ ਜਦੋਂ ਪਰਮੇਸ਼ਰ ਰੂਪ ਰੰਗ ਉਹਦਾ ਹੈ ਹੀ ਨਹੀਂ ਤਾਂ ਕਿਹੜਾ ਰੰਗ ਦਿਖਾਵਾਂਗੇ ਆਪਾਂ। ਪ੍ਰਕਾਸ਼ ਮਾਤਰ ਤਾਂ ਕਹਿ ਦਿੰਦੇ ਹਾਂ ਕਿ ਆਪਾਂ ਇੱਕ ਉਦਾਹਰਣ ਮਾਰੇ ਦੇ ਰਹੇ ਨੇ ਕਿ ਉਹ ਪ੍ਰਕਾਸ਼ ਰੂਪ ਹੈ। ਪ੍ਰਕਾਸ਼ ਦਾ ਰੂਪ ਹੈ, ਜਿੱਦਾਂ ਪ੍ਰਕਾਸ਼ ਦਾ ਉਹ ਹਵਾ ਦਾ ਰੂਪ ਹੈ, ਉਹ ਆਕਾਸ਼ ਦਾ ਰੂਪ ਹੈ, ਉਹ ਸਪੇਸ ਦਾ ਰੂਪ ਹੈ, ਉਹ ਐਮਪੀਨੈਸ ਦਾ ਰੂਪ ਹੈ। ਇਹ ਵੀ ਰੂਪ ਕਿਹਾ ਜਾ ਸਕਦਾ। ਐਮਪੀਨੈਸ ਉਹ ਹੈ ਨਹੀਂ, ਪਰਮੇਸ਼ਰ ਤੇ ਸਾਰਿਆਂ 'ਚ ਵਰਤਦਾ ਹੈ। ਉਹ ਸਾਇਲੈਂਸ ਹੈ, ਬਿਲਕੁਲ ਸਾਇਲੈਂਟ ਹੈ। ਉਹ ਜਜਮੈਂਟ ਤੋਂ ਬਿਨਾਂ ਹੈ, ਜਜਮੈਂਟ ਨਹੀਂ ਕਰਦਾ। ਸਾਡੇ ਮਾਈਂਡ 'ਚ ਪਲ ਪਲ 'ਚ ਜਜਮੈਂਟ ਹੁੰਦੀ ਹੈ। ਕੋਈ ਵੀ ਇੱਕ ਚੀਜ਼ ਸਰਵਨ ਕਰ ਦਿੰਦੇ, ਉਹਦੇ ਬਾਰੇ ਜਜਮੈਂਟ ਕਰਨਾ ਸ਼ੁਰੂ ਕਰ ਦਿੰਦਾ ਸਾਡਾ ਮਾਈਂਡ। ਉਹਦੇ ਬਾਰੇ ਵਿਚਾਰ ਇੰਨੇ ਵਧਾ ਦਿੰਦੇ ਹਾਂ ਕਿ ਸਾਡਾ ਮਨ ਜਿਹੜਾ ਉਸ ਵਿਚਾਰਾਂ ਨਾਲ ਜੁੜ ਜਾਂਦਾ ਹੈ। ਕਦੀ ਵੀ ਸਾਡਾ ਮਨ ਵਿਚਾਰਾਂ ਤੋਂ ਖਾਲੀ ਹੁੰਦਾ ਹੀ ਨਹੀਂ। ਜਦੋਂ ਇਹ ਖਾਲੀ ਹੋ ਜਾਏ ਤਾਂ ਪਰਮੇਸ਼ਰ ਸਾਹਮਣੇ ਮਨ ਸੋਚੀ ਜਾਂਦਾ, ਵਿਚਾਰ ਤੇ ਵਿਚਾਰ ਬਣਾਈ ਜਾਂਦਾ ਸਾਡਾ। ਉਹਨੂੰ ਵਿਵੇਕ ਬੁੱਧ ਮਿਲਦੀ ਹੈ ਜਿਹੜਾ ਕੁਝ ਪਾਉਣ ਲਈ ਆਪਣੇ ਮਨ ਨੂੰ ਠਹਿਰਾਏਗਾ, ਆਪਣੇ ਮਨ ਨੂੰ ਕਹੇਗਾ ਠਹਿਰ, ਹੁਣ ਗੁਰੂ ਦੀ ਸੁਣ, ਗੁਰੂ ਕੀ ਕਹਿ ਰਿਹਾ। ਜਿਹੜਾ ਗੁਰੂ ਦੀ ਸੁਣੇਗਾ ਮਨ ਉਹਦਾ ਠਹਿਰ ਜਾਏਗਾ, ਉਹਨੂੰ ਵਿਵੇਕ ਬੁੱਧ ਪ੍ਰਾਪਤ ਹੋ ਜਾਂਦੀ। ਹਰ ਵੇਲੇ ਯਾਦ ਰੱਖ ਫਰਮਾਨ ਕਰ ਲਓ ਸਾਡਾ। ਕਬੀਰ ਜਲਦੀ ਆ